ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਤਨਾਮ ਸਿੰਘ ਖਾਲਸਾ, ਕਥਾਵਾਚਕ ਗੁਰਦੁਆਰਾ ਸ਼੍ਰੀ ਮੰਜੀਤ ਸਾਹਿਬ ਕੋਟਾਂ, ਪਾਤਸ਼ਾਹ ਸ਼੍ਰੀ ਲੁਧਿਆਣਾ। ਇਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਸਥਾਨ, ਜੋ ਕਿ 12, 13, 14 ਅਗਸਤ 1953 ਉਸ ਦਿਨ ਪ੍ਰਗਟ ਹੋਇਆ, ਅਤੇ ਉਸੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਇਸ ਅਸਥਾਨ ਦੇ ਉੱਪਰ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ। 1953 ਦੇ ਵਿੱਚ ਇਹ ਜਿਹੜੀ ਜ਼ਮੀਨ ਸੀ ਸਤਿਕਾਰਯੋਗ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ ਸੀ, ਉਹਨਾਂ ਦਾ ਪੁੱਤਰ ਹਰਭਜਨ ਸਿੰਘ ਔਰ ਉਹਨਾਂ ਦਾ ਸ੍ਰੀ ਗੁਰਦੇਵ ਸਿੰਘ ਇੱਥੇ ਹਲ ਵਾਹ ਰਹੇ ਸੀ। ਹਲ ਵਾਹੁੰਦੇ ਆ, ਜਿਹੜਾ ਹਲ ਦਾ ਫਾਲਾ ਸੀ ਵਾਰ ਵਾਰ ਜ਼ਮੀਨ ਦੇ ਵਿੱਚ ਅਟਕਦਾ ਰਿਹਾ, ਕਿਸੇ ਭਾਰੀ ਚੀਜ਼ ਦੇ ਨਾਲ ਵੱਜਦਾ ਰਿਹਾ। ਅਤੇ ਜਦੋਂ ਸ਼ਾਮ ਪੈ ਗਈ, ਗੁਰਦੇਵ ਸਿੰਘ ਨੇ ਜਦੋਂ ਘਰ ਲਿਜਾ ਕੇ ਬਲਦ ਬੰਨਣੇ ਕੀਤੇ ਅਤੇ ਬਲਦ ਬਿਮਾਰ ਹੋ ਕੇ, ਮਨ ਵਿੱਚ ਵਹਿਮ ਆ ਗਿਆ ਵੀ ਪਤਾ ਨਹੀਂ ਕੀ ਭਾਣੇ ਵਰਤ ਗਏ। ਅਗਲੇ ਦਿਨ ਵੀ ਜਦੋਂ ਇਸੇ ਤਰ੍ਹਾਂ ਇੱਥੇ ਗੁਰਦੇਵ ਸਿੰਘ ਹੋਰੀ ਔਰ ਉਹਨਾਂ ਦੇ ਨਾਲ ਦੇ ਸਾਥੀ ਸਰਦਾਰ ਹਰਭਜਨ ਸਿੰਘ ਉਹ ਖੇਤੀਬਾੜੀ ਦੇ ਲਈ ਪਹੁੰਚੇ ਪਾਣੀ ਦੇਣ ਦੇ ਲਈ, ਅਤੇ ਆਕਾਸ਼ ਦੇ ਵਿੱਚੋਂ ਆਵਾਜ਼ਾਂ ਆਈਆਂ ਵੀ ਭਾਈ ਇਹ ਸਾਡਾ ਅਸਥਾਨ ਹੈ, ਇਹਨੂੰ ਪ੍ਰਗਟ ਕਰੋ। ਉਹਨਾਂ ਨੇ ਜਾ ਕੇ ਆਪਣੇ ਬਜ਼ੁਰਗਾਂ ਦੇ ਨਾਲ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਵੀ ਬਾਪੂ ਜੀ ਇੱਦਾਂ ਦੀਆਂ ਆਵਾਜ਼ਾਂ ਆਈਆਂ ਨੇ। ਬਾਪੂ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਸੀ ਵੀ ਇੱਥੇ ਜਿਹੜੀ ਸਰਾਏ ਲਸ਼ਕਰੀ ਬਣੀ ਹੋਈ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਇੱਥੇ ਅਸਥਾਨ ਨੇੜੇ ਹੋਣਾ ਚਾਹੀਦਾ। ਉਹਨਾਂ ਇਲਾਕੇ ਦੀਆਂ ਸੰਗਤਾਂ ਲਈਆਂ, ਅਤੇ 14 ਅਗਸਤ 1953 ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਨੂੰ ਪ੍ਰਗਟ ਕੀਤਾ। ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਸਾਰੀਆਂ ਸੰਗਤਾਂ ਮਿਲ ਕੇ ਇਸ ਅਸਥਾਨ ਦੇ ਉੱਪਰ ਭਾਰੀ ਜੋੜ ਮੇਲ ਸਜਾਉਂਦੀਆਂ ਨੇ, ਅਤੇ ਸਮੁੱਚੀਆਂ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਵੱਡੀ ਤਾਦਾਦ ਦੇ ਵਿੱਚ ਇੱਥੇ ਪਹੁੰਚਦੀਆਂ ਨੇ। ਕੱਲ੍ਹ ਨੂੰ 12 ਅਗਸਤ ਵਾਲੇ ਦਿਨ ਜਿਹੜੇ ਨੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ, ਦੁਮਾਲੇ ਮੁਕਾਬਲੇ ਔਰ ਨਾਲ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਵਿਸ਼ੇਸ਼ ਰੂਪ ਦੇ ਵਿੱਚ ਕਰਵਾਏ ਜਾਂਦੇ ਨੇ। ਹਲਕੇ ਦੇ ਮੈਂਬਰ ਜਹੇਦਾਰ ਦਵਿੰਦਰ ਸਿੰਘ ਜੀ ਖੱਟੜਾ, ਉਹਨਾਂ ਦੇ ਬੇਟੇ ਨੇ ਸਰਦਾਰ ਨਵਤੇਜ ਸਿੰਘ ਖੱਟੜਾ, ਧਰਮ ਪ੍ਰਚਾਰ ਨੂੰ ਲੈ ਕੇ ਬਹੁਤ ਤਤਪਰ ਰਹਿੰਦੇ ਨੇ, ਖਾਸ ਕਰਕੇ ਬੱਚਿਆਂ ਦੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਸਹਿਯੋਗ, ਬੇਅੰਤ ਸੇਵਾਵਾਂ ਕਰਦੇ ਨੇ। ਇਸ ਸਾਲ ਜੋ ਸਾਲਾਨਾ ਜੋੜ ਮੇਲੇ ਦੇ ਵਿੱਚ ਸਭ ਤੋਂ ਖਾਸ ਹੈ, ਜੋ ਸਤਿਗੁਰੂ ਜੀ ਦੇ ਪਾਵਨ ਅਸਥਾਨ ਨੇ ਉਹਨਾਂ ਅਸਥਾਨਾਂ ਦੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਡੈਕੋਰੇਸ਼ਨ ਕੀਤੀ ਗਈ ਹੈ, ਸਜਾਵਟ ਕੀਤੀ ਗਈ ਹੈ, ਉਹ ਵਿਸ਼ੇਸ਼ ਰੂਪ ਦੇ ਵਿੱਚ ਖਿੱਚ ਦਾ ਕੇਂਦਰ ਹੈ। ਅੰਬਾਲੇ ਦੀ ਧਰਤੀ ਤੋਂ ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਸਾਡੇ ਸਹਿਯੋਗੀ ਵੀਰ ਨੇ, ਉਹਨਾਂ ਨੇ ਉੱਥੋਂ ਪਹੁੰਚ ਕਰਕੇ ਉਹ ਸਾਰੀ ਸਜਾਵਟ ਮਹਾਰਾਜ ਦੇ ਸੋਹਣੇ, ਜਿੱਥੇ ਪ੍ਰਕਾਸ਼ ਅਸਥਾਨ ਨੇ ਥੜਾ ਸਾਹਿਬ ਥੱਲੇ ਮੰਜੀ ਸਾਹਿਬ ਦਾ ਅਸਥਾਨ, ਬੜੀ ਸੋਹਣੀ ਸਜਾਵਟ, ਜੋ ਕਿ ਇੱਦਾਂ ਦੀ ਸਜਾਵਟ ਇਸ ਅਸਥਾਨ ਦੇ ਉੱਪਰ ਪਹਿਲੀ ਵਾਰੀ ਹੋਈ ਹੈ। ਔਰ ਦੂਸਰਾ ਇਸ ਵਾਰ ਜੋ ਪਹਿਲੀ ਵਾਰ ਖਾਸ ਹੋ ਰਿਹਾ, 13 ਔਰ 14 ਤਰੀਕ ਨੂੰ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਇਸ ਅਸਥਾਨ ਦੇ ਉੱਪਰ ਪਹੁੰਚਣਗੀਆਂ। 13 ਤਰੀਕ ਨੂੰ ਜਿਹੜੀ ਪ੍ਰਭਾਤ ਫੇਰੀ ਹੈ, ਉਹ ਬਰਮਾਲੀਪੁਰ, ਕੋਟ ਪਨੇਚ, ਕੋਟ ਸ਼ੇਖੋ ਪਿੰਡ ਦੀਆਂ ਸੰਗਤਾਂ ਲੈ ਕੇ ਪਹੁੰਚਣਗੀਆਂ। 14 ਤਰੀਕ ਨੂੰ ਬੀਜੇ ਤੋਂ, ਮੰਡਿਆਲੇ ਤੋਂ ਇਹਨਾਂ ਇਲਾਕੇ ਦੀਆਂ ਸੰਗਤਾਂ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਸ਼ਬਦ ਕੀਰਤਨ ਕਰਦੀਆਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਪਹੁੰਚ ਕੇ ਅਰਦਾਸ ਕਰਨਗੀਆਂ। ਅਤੇ 13 ਔਰ 14 ਤਰੀਕ ਦੇ ਜਿਹੜੇ ਦੀਵਾਨ ਨੇ, ਜਿਨ੍ਹਾਂ ਵਿੱਚ ਪੰਥ ਦੀਆਂ ਮਾਇਨਾਜ ਸ਼ਖਸੀਅਤਾਂ, ਰਾਗੀ ਢਾਡੀ, ਕਥਾਵਾਚਕ ਪ੍ਰਚਾਰਕ ਸਹਿਮਾਨ ਪਹੁੰਚ ਰਹੇ ਨੇ, ਜੋ ਸੰਗਤਾਂ ਨੂੰ ਗੁਰੂ ਕਾ ਜਾ ਸਰਵਣ ਕਰਾਉਣਗੇ, ਗੁਰੂ ਕੇ ਲੰਗਰ ਅਤੁੱਟ ਵਰਤਣੇ ਨੇ। ਸੋ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਅਸਥਾਨ, ਜਿਸ ਅਸਥਾਨ ਦੇ ਉੱਪਰ ਸਤਿਗੁਰੂ ਜੀ ਨੇ ਬੇਅੰਤ ਬੇਅੰਤ ਬਖਸ਼ਿਸ਼ਾਂ ਕੀਤੀਆਂ,
ਬੇਅੰਤ ਬਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਇਸ ਸਥਾਨ 'ਤੇ ਪਹੁੰਚਦੇ ਨੇ। ਕੋਈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੰਸਾਰਿਕ ਦਾਤਾਂ ਦੀ ਮੰਗ ਕਰਦਾ, ਕੋਈ ਪੁੱਤਰ ਦੀ ਮੰਗ ਕਰਦਾ, ਕੋਈ ਜ਼ਮੀਨ ਜਾਇਦਾਦ ਸੁੱਖ ਸ਼ੌਹਰਤ ਦੀ ਮੰਗ ਕਰਦਾ, ਕੋਈ ਨਾਮ ਦੀ ਮੰਗ ਕਰਦਾ। ਸਤਿਗੁਰੂ ਸਾਰਿਆਂ ਦੀਆਂ ਝੋਲੀਆਂ ਬਖਸ਼ਿਸ਼ਾਂ ਦੇ ਨਾਲ ਭਰਪੂਰ ਕਰਦੇ ਨੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਜਾਂ ਸਰਵਣ ਕਰਕੇ ਸੰਗਤ ਕਰਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।